ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੌਰ ਰਜਿੰਦਰ ਪੰਜਾਬੀ ਵਲੌਗ ਤੁਹਾਡਾ ਸਵਾਗਤ ਹੈ ਜੀ। ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ, ਇੱਧਰ ਬਣਾਉਣ ਲੱਗੀ ਸੀ ਨਾਸ਼ਤਾ। ਅੱਜ ਨਾਸ਼ਤਾ ਕਹਿੰਦੇ ਅਸੀਂ ਨਾਸ਼ਤਾ ਕਰਨ ਲੱਗੀ ਸੀ ਅਤੇ ਥੋੜ੍ਹੀ ਜਿਹੀ ਪਈ ਸੀ ਘੀ ਆ, ਮੈਂ ਕਿਹਾ ਚਲੋ ਬਣਾ ਲੈਂਦੀ ਛੋਟੀ ਜਿਹੀ, ਮੈਂ ਕਿਹਾ ਨਾਸ਼ਤੇ 'ਚ ਕੰਮ ਆ ਜਾਏਗੀ। ਅਤੇ ਸਾਰਿਆਂ ਨੂੰ ਕਹਿੰਦੇ ਆ ਬਹੁਤ ਸਾਰੀ ਮੁਬਾਰਕ, ਅੱਜ ਮੱਸਿਆ ਹੈ ਜੀ, ਅਸੀਂ ਮੱਸਿਆ ਦਾ ਮੱਥਾ ਟੇਕ ਲਿਆ, ਕੰਮ ਕਰ ਲਏ ਨੇ ਘਰ ਦੇ ਅਤੇ ਮੈਂ ਬਣਾਉਣ ਲੱਗੀ ਸੀ। ਹੁਣ ਮੈਂ ਕਿਹਾ ਚਲੋ ਨਾਸ਼ਤੇ ਦੇ ਵਿੱਚ ਆ ਬਣਾ ਲਵਾਂ, ਬਾਕੀ ਵਲੌਗ ਦੀ ਸ਼ੁਰੂਆਤ ਕਰ ਲਵਾਂ। ਅਤੇ ਗਾਈਜ਼ ਆਪਾਂ ਜਾਵਾਂਗੇ, ਅੱਜ ਸੋਚ ਰਹੇ ਹਾਂ ਵਾਹਿਗੁਰੂ ਨੇ ਜੇ ਸਾਨੂੰ ਬੁਲਾ ਲਿਆ ਅਤੇ ਅੱਜ ਮੱਸਿਆ 'ਚ ਜਾਣ ਦੀ ਸੋਚ ਰਹੇ ਹਾਂ ਮੱਸਿਆ 'ਤੇ। ਸਾਡੇ ਇੱਥੇ ਨਜ਼ਦੀਕ ਹੀ ਗੁਰਦੁਆਰਾ ਸਾਹਿਬ ਹੈ ਅਤੇ ਉੱਥੇ ਬਾਬਾ ਗੁਰੂ ਤੇਗ ਬਹਾਦਰ ਜੀ ਦਾ ਹੈ, ਉੱਥੇ ਜਾਵਾਂਗੇ ਅਤੇ ਹੋ ਸਕਦਾ ਜੇਕਰ ਗਏ ਤਾਂ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਾਂਗੀ। ਬਾਕੀ ਵਲੌਗ ਦੀ ਸ਼ੁਰੂਆਤ ਕਰ ਹੀ ਰਹੀ ਹਾਂ। ਬਹੁਤ ਸਾਰਾ ਪਿਆਰ ਮੇਰੀਆਂ ਭੈਣਾਂ ਦਾ, ਜਿਹੜੀਆਂ ਭੈਣਾਂ ਮੈਨੂੰ ਬਹੁਤ ਸਾਰਾ ਪਿਆਰ ਦਿੰਦੀਆਂ, ਬਹੁਤ ਸਾਰੇ ਮਾੜੇ ਮਾੜੇ ਕਮੈਂਟ ਵੀ ਕਰਦੀਆਂ, ਠੀਕ ਹੈ ਚਲੋ ਕੋਈ ਦਿੱਕਤ ਨਹੀਂ ਹੈਗੀ। ਕਿਸੇ ਨੇ ਮੈਨੂੰ ਇਸ ਕੜਾਈ ਦੇ ਬਾਰੇ ਕਮੈਂਟ ਕੀਤਾ ਕਿ ਤੁਹਾਡੀ ਕੜਾਈ ਸਾਫ਼ ਨਹੀਂ ਜੀ, ਇਹ ਲੋਹੇ ਦੀ ਕੜਾਈ ਹੈ, ਮੈਂ ਬਹੁਤ ਵਾਰ ਸਾਫ਼ ਕੀਤੀ ਹੈ, ਤੁਸੀਂ ਹਾਈਜੈਨਿਕ ਨਹੀਂ ਹੋ, ਜਿਸ ਤਰ੍ਹਾਂ ਵੀ ਹੈ ਮੈਨੂੰ ਪਤਾ ਜੀ ਮੈਂ ਕਿਸ ਤਰ੍ਹਾਂ ਆਪਣੇ ਘਰ ਦੀ ਸਫਾਈ ਰੱਖਣੀ ਨਹੀਂ ਰੱਖਣੀ, ਪਰ ਤੁਹਾਨੂੰ ਜਿੱਦਾਂ ਚੰਗਾ ਲੱਗਿਆ ਮਾੜੇ ਕਮੈਂਟ ਕਰੋ ਅੱਛੇ ਕਮੈਂਟ ਕਰੋ, ਮੈਨੂੰ ਕੋਈ ਦਿੱਕਤ ਨਹੀਂ ਹੈਗੀ। ਵਾਹਿਗੁਰੂ ਕਰੇ ਬਸ ਤੁਸੀਂ ਹਮੇਸ਼ਾ ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ। ਨਾ ਮੇਰੀ ਸੋਚ ਹੈ ਕਿ ਮੈਂ ਕਿਸੇ ਨੂੰ ਮੋੜਾ ਕਦੀ ਅੱਜ ਤੱਕ ਮਾੜਾ ਕਿਹਾ ਅਤੇ ਨਾ ਕਹਿਣਾ, ਠੀਕ ਹੈ ਜੀ। ਬਣੇ ਰਹੋ, ਮੈਂ ਸਬਜ਼ੀ ਨੂੰ ਲਾ ਦਾਂ ਤੜਕਾ, ਬਾਕੀ ਜੋ ਕੰਮ ਕਰਾਂਗੇ ਛੋਟੇ ਛੋਟੇ ਕੰਮ ਕਰਾਂਗੇ, ਬਾਕੀ ਤੁਹਾਡੇ ਨਾਲ ਗੁਰਦੁਆਰਾ ਸਾਹਿਬ ਦੀ ਵੀਡੀਓ ਸ਼ੇਅਰ ਕਰੂੰਗੀ। ਤਦ ਤੱਕ ਤੁਸੀਂ ਬਣੇ ਰਹੋ, ਚੁੱਲ੍ਹੇ ਤੇ ਵੀ ਰੱਖਦੇ ਆਸਾਨ ਥੋੜੀ ਭਾਂਡੇ ਮਾਂਜਨੇ, ਚੁੱਲ੍ਹੇ ਵਾਲੇ ਪਿੱਛੋਂ ਤਾਂ ਵੈਸੇ ਹੀ ਨਹੀਂ ਹੋ ਸਕਦਾ। ਚਲੋ ਠੀਕ ਹੈ ਕੋਈ ਗੱਲ ਨਹੀਂ, ਇਹ ਚੁੱਲ੍ਹੇ ਦੀ ਵੀ ਕੜਾਈ ਹੈ ਜੀ, ਨੀਚੋਂ ਤੇ ਚੁੱਲ੍ਹੇ ਵਾਲੀ ਹੈ, ਮੈਂ ਬਹੁਤ ਵਾਰ ਚੁੱਲ੍ਹੇ ਤੇ ਵੀ ਰੱਖਦੀ ਹਾਂ, ਪਰ ਚੁੱਲ੍ਹੇ ਤੇ ਕੋਈ ਗੱਲ ਨਹੀਂ, ਚੁੱਲ੍ਹੇ ਤੇ ਕੰਮ ਕਰਨਾ ਸੌਖਾ ਨਹੀਂ ਹੈ, ਸਾਰੇ ਸਮਝਦੇ ਚਲੋ ਦੇਖ ਲਿਆ ਸੌਖਾ, ਬੁਰਾ ਲੱਗਿਆ ਮਤਲਬ ਇਹ ਚੀਜ਼। ਚਲੋ ਠੀਕ ਹੈ ਕੋਈ ਗੱਲ ਨਹੀਂ, ਮੈਂ ਫਿਰ ਵੀ ਗੁੱਸਾ ਕਰਦੀ ਹਾਂ, ਠੀਕ ਹੈ। ਚੰਗਿਆਂ ਨੇ ਚੰਗੇ ਵੀ ਕਮੈਂਟ ਕਰਨੇ, ਮਾੜਿਆਂ ਨੇ ਮਾੜੇ ਵੀ ਕਰਨੇ, ਪਰ ਠੀਕ ਹੈ ਤੁਹਾਡੀ ਜਿੱਦਾਂ ਦੀ ਸੋਚ ਹੈ ਜੀ, ਕੋਈ ਦਿੱਕਤ ਨਹੀਂ ਹੈਗੀ, ਠੀਕ ਹੈ ਜੀ। ਇੱਧਰ ਸਾਡਾ ਤੇਲ ਹੋ ਗਿਆ ਗਰਮ, ਆਪਾਂ ਤੜਕਾਂਗੇ। ਨਿਸ਼ਾਨ ਸਿੰਘ ਘੀਆ ਖਾਂਦੇ ਨੇ, ਉਹਦੇ ਲਈ ਮੈਂ ਸੋਚ ਰਹੀ ਹਾਂ ਕਿ ਨਾ ਦਹੀਂ ਨੂੰ ਤੜਕਾ ਲਾ ਦਾਂਗੀ, ਕਿ ਘੀਆ ਮੇਰਾ ਬਣਾਉਣ ਦਾ ਸੌਖਾ ਤਰੀਕਾ ਬਹੁਤ ਹੁੰਦਾ, ਤੁਸੀਂ ਪਹਿਲਾਂ ਵੀ ਦੇਖਿਆ ਹੋਇਆ ਮੈਂ ਘੀਆ ਬਣਾਉਂਦੀ ਹੁੰਦੀ ਹਾਂ ਨਾ, ਇੱਦਾਂ ਹੀ ਸਾਰਾ ਕੁਛ ਵਿੱਚ ਹੀ ਪਾ ਦਿੰਦੀ ਹੁੰਦੀ ਹਾਂ ਅਤੇ ਬਹੁਤ ਟੇਸਟੀ ਵੀ ਬਣਦਾ। ਜਿਹੜੀਆਂ ਭੈਣਾਂ ਨੂੰ ਸਬਜ਼ੀਆਂ ਬਣਾਉਣੀਆਂ ਬਹੁਤ ਔਖੀਆਂ ਲੱਗਦੀਆਂ, ਕਈ ਬੱਚੇ ਵੀ ਅੱਜ ਕੱਲ੍ਹ ਸਿੱਖਦੇ ਆ, ਸਾਡੀ ਅੰਮ੍ਰਿਤ ਵੀ ਸਿੱਖ ਰਹੀ ਹੈ, ਇਸ ਤਰ੍ਹਾਂ ਸੌਖੇ ਤਰੀਕੇ ਨਾਲ ਬਣਾ ਲਿਆ ਕਰੋ। ਮੇਨ ਹੁੰਦਾ ਸਾਡਾ ਨਮਕ ਮਿਰਚ ਵਧੀਆ ਹੋਣਾ ਚਾਹੀਦਾ, ਠੀਕ ਹੈ ਜੀ। ਅਤੇ ਜਿਹੜੀਆਂ ਭੈਣਾਂ ਜੁੜਦੀਆਂ ਬਹੁਤ ਅੱਛੇ ਅੱਛੇ ਕਮੈਂਟ ਕਰਦੀਆਂ, ਉਹਨਾਂ ਨੂੰ ਮੇਰੇ ਵੱਲੋਂ ਦਿਲੋਂ ਲਵ ਯੂ, ਬਹੁਤ ਸਾਰਾ ਸਤਿਕਾਰ ਉਹਨਾਂ ਦੇ, ਮੇਰੇ ਦਿਲ ਵਿੱਚ ਬਹੁਤ ਸਤਿਕਾਰ ਹੈ ਉਹਨਾਂ ਦੇ। ਕਈ ਵਾਰੀ ਜਿਹੜਾ ਮਾੜੇ ਕਮੈਂਟ ਕਰਦੇ ਨਾ ਆਪਾਂ ਇਹੀ ਸੋਚੀਦਾ ਹੁੰਦਾ, ਹਾਏ ਉਹਨਾਂ ਦਾ ਮਤਲਬ ਬਿਹੇਵੀਅਰ ਆਪਣੇ ਘਰ 'ਚ ਕਿੱਦਾਂ ਦਾ ਹੋਏ, ਜੋ ਸਾਨੂੰ ਯੂਟਿਊਬ 'ਤੇ ਦੇਖ ਕੇ ਹੀ ਸਾਨੂੰ ਮਾੜੇ ਕਮੈਂਟ ਕਰਨ ਲੱਗ ਜਾਂਦੇ ਆ, ਉਹਨਾਂ ਦਾ ਆਪਣੇ ਘਰ 'ਚ ਦੇਖੋ ਬਿਹੇਵੀਅਰ ਕਿੱਦਾਂ ਦਾ ਹੋਏਗਾ। ਸਮਝ ਨਹੀਂ ਆਉਂਦੀ ਤਾਂ ਲਓ ਜੀ ਇੱਧਰ ਪਾ ਲੈਂਦੇ ਆਪਾਂ ਨਮਕ ਮਿਰਚ, ਮੈਂ ਨਮਕ ਮਿਰਚ ਥੋੜ੍ਹਾ ਥੋੜ੍ਹਾ ਪਾਉਂਦੀ ਕਿਉਂਕਿ ਘੀਆ ਬਹੁਤ ਘੱਟ ਹੈ ਜੀ। ਅਰੇ ਮੇਰਾ ਤਰੀਕਾ ਬਿਲਕੁਲ ਸੌਖਾ ਅਤੇ ਸਿੰਪਲ ਹੈ, ਠੀਕ ਹੈ ਜੀ। ਆਹ ਸਾਰਾ ਕੁਛ ਪਾ ਲਿਆ ਵਿੱਚੇ, ਟਮਾਟਰ ਪਾ ਕੇ, ਹਰੀਆਂ ਮਿਰਚਾਂ ਪਾ ਤੀਆਂ, ਵਿੱਚੇ ਪਾ ਦੇਣਾ ਹੁਣ ਮੈਂ ਘੀਆ, ਸਾਡੀ ਇਹ ਦੇਖ ਲਓ ਘੀਆ ਹੁਣ ਸਮਝ ਲਓ ਤਿਆਰ ਹੈ, ਔਰ ਇੰਨੀ ਵਧੀਆ ਬਣਦੀ ਹੈ ਨਾ ਮੇਰੀ ਘੀਆ, ਮੇਰੇ ਪਾਪਾ ਨੂੰ ਮੇਰੇ ਬੱਚਿਆਂ ਨੂੰ ਬਹੁਤ ਪਸੰਦ ਹੈ, ਨਿਸ਼ਾਨ ਸਿੰਘ ਨਹੀਂ ਖਾਂਦਾ ਹੈਗਾ, ਮੇਰਾ ਹਰਸ਼ ਵੀ ਖਾਂਦਾ, ਪ੍ਰੀਤ ਵੀ ਹੁਣ ਖਾਣ ਲੱਗ ਗਈ ਹੈ ਘੀਆ ਦਾ, ਹੁਣ ਆਪਣੇ ਆਪ ਕਰਕੇ ਖਾਣਾ ਪੈਂਦਾ ਨਾ। ਅਤੇ ਲਓ ਜੀ ਇੱਧਰ ਲਾ ਲੈਂਦੇ ਆਪਾਂ ਆਪਣੇ ਦਹੀਂ ਨੂੰ ਤੜਕਾ, ਲਓ ਜੀ ਜੇਕਰ ਤੁਸੀਂ ਵੀ ਬਣਾਉਂਦੇ ਹੋ ਨਾ ਦਹੀਂ, ਜੇਕਰ ਤੁਹਾਡੇ ਬੱਚੇ ਖੁਸ਼ ਹੋ ਕੇ ਖਾਂਦੇ ਆ,
ਮੇਰਾ ਨਿਸ਼ਾਨ ਬਹੁਤ ਖੁਸ਼ ਹੋ ਕੇ ਖਾਂਦਾ, ਠੀਕ ਹੈ ਜੀ। ਅਤੇ ਘੀ ਅੰਮ੍ਰਿਤ ਕੌਰ ਵੀ ਖਾਣ ਲੱਗ ਗਈ, ਹੁਣ ਮੇਰੀ ਯਾਦ ਨਹੀਂ ਰਿਹਾ ਜੀ ਅੰਮ੍ਰਿਤ ਕੌਰ ਨੇ ਮੈਨੂੰ ਸਪੈਸ਼ਲ ਕਿਹਾ, ਮੇਰਾ ਵੀ ਨਾਮ ਲਓ। ਅਤੇ ਇਹਦੇ ਲਈ ਦਹੀਂ ਬਣਾਉਣ ਲਈ ਨਾ ਦੇਖੋ ਤੁਸੀਂ ਪਹਿਲਾਂ ਥੋੜ੍ਹਾ ਜਿਹਾ ਤੇਲ ਗਰਮ ਕਰ ਲੈਣਾ, ਹਲਕਾ ਜਿਹਾ ਪਾ ਲੈਣਾ ਆਪਾਂ ਇਹਦੇ ਵਿੱਚ ਜੀਰਾ, ਸਿਮ ਕਰਕੇ ਜੀਰਾ ਪਾ ਲੈਣਾ, ਠੀਕ ਹੈ। ਉਸ ਤੋਂ ਬਾਅਦ ਇਹਦੇ ਵਿੱਚ ਪਾ ਦੇਣਾ ਆਪਾਂ ਪਿਆਜ਼ ਪਾ ਦੇਣਾ। ਪਿਆਜ਼ਾਂ ਨੂੰ ਆਪਾਂ ਨੋਰਮਲ ਜਿੱਦਾਂ ਭੁੰਨਦੇ ਹਾਂ ਨਾ, ਇੱਦਾਂ ਚੰਗੀ ਤਰ੍ਹਾਂ ਤੁਸੀਂ ਭੁੰਨਣਾ, ਠੀਕ ਹੈ। ਇਹਦੇ 'ਚ ਪਾ ਦਾਂਗੇ ਆਪਾਂ ਹਲਕਾ ਜਿਹਾ ਨਮਕ, ਥੋੜ੍ਹੀ ਜਿਹੀ ਪਾ ਦਾਂਗੇ ਇਹਦੇ ਵਿੱਚ। ਮਿਰਚ ਮੈਂ ਵੈਸੇ ਹਰੀ ਪਾਈ ਹੈ, ਥੋੜ੍ਹੀ ਦੇਗੀ ਜਿਹੀ ਪਾ ਦਾਂਗੇ, ਇਹਦੇ ਨਾਲ ਥੋੜ੍ਹੀ ਰੰਗਤ ਆ ਜਾਂਦੀ ਹੈ। ਹਲਕੀ ਜਿਹੀ ਹਲਦੀ ਪਾ ਦਾਂਗੇ, ਥੋੜ੍ਹਾ ਜਿਹਾ ਗਰਮ ਮਸਾਲਾ ਪਾ ਦਾਂਗੇ, ਠੀਕ ਹੈ ਜੀ। ਇਹਨੂੰ ਆਪਾਂ ਚੰਗੀ ਤਰ੍ਹਾਂ ਜਿਵੇਂ ਪਿਆਜ਼ਾਂ ਦਾ ਮਸਾਲਾ ਜਿਹਾ ਭੁੰਨਦੇ ਨਾ, ਇੱਦਾਂ ਭੁੰਨ ਲੈਣਾ। ਅਤੇ ਦਹੀਂ ਆਪਾਂ, ਤੁਸੀਂ ਕਹਿ ਦਿੰਦੀ ਆ ਨਾ ਭੈਣਾ ਪੱਟ ਜਾਂਦਾ, ਦਹੀਂ ਦੀ ਸਬਜ਼ੀ ਬਹੁਤ ਵਧੀਆ ਬਣਦੀ ਹੈ, ਬਹੁਤ ਟੇਸਟੀ ਵੀ ਬਣਦੀ ਹੈ, ਪੱਟਦਾ ਨਹੀਂ ਦਹੀਂ ਜੀ। ਬਸ ਇੱਦਾਂ ਕਿ ਆਪਾਂ ਨੂੰ ਕੜਛੀ ਹਿਲਾਉਣੀ ਪੈਂਦੀ ਹੈ, ਇਹ ਸਾਡੀ ਗਲਤ ਸੋਚ। ਆਪਾਂ ਕੜੀ ਵੀ ਤਾਂ ਬਣਾਉਂਦੇ ਹਾਂ, ਹੈ ਨਾ। ਅਤੇ ਲਓ ਜੀ ਆ ਦੇਖੋ ਪਿਆਜ਼ ਭੁੱਜ ਗਏ ਨਾ, ਆਪਾਂ ਗੈਸ ਕਰ ਦੇਣਾ ਬੰਦ, ਠੀਕ ਹੈ। ਹੁਣ ਆਪਾਂ ਜਿਹੜਾ ਦਹੀਂ ਹੈ ਨਾ, ਆਪਾਂ ਦਹੀਂ ਨੂੰ ਇਹਦੇ ਵਿੱਚ ਫੈਂਟਿਆ ਹੋਇਆ ਇਹਦੇ ਵਿੱਚ ਪਾ ਦੇਣਾ ਨਾਲ ਦੀ ਨਾਲ। ਬਸ ਇੱਦਾਂ ਕੜਛੀ ਹਿਲਾਉਂਦੇ ਰਹਿਣਾ, ਠੀਕ ਹੈ, ਇੰਨਾ ਯਾਦ ਰੱਖਿਓ, ਕੜਛੀ ਹਿਲਾਉਂਦੇ ਰਹਿਣਾ। ਸਾਡਾ ਦਹੀਂ ਬਿਲਕੁਲ ਵੀ ਨਹੀਂ ਫਟਦਾ ਹੈਗਾ, ਹਾਲੇ ਦਹੀਂ ਬਿਲਕੁਲ ਨਹੀਂ ਫਟੇਗਾ ਤੁਹਾਡਾ। ਤੁਸੀਂ ਖਾ ਸਕਦੇ ਹੋ, ਬਹੁਤ ਟੇਸਟੀ ਬਣਦਾ, ਬਹੁਤ ਵਧੀਆ ਵੀ ਬਣਦਾ। ਅਤੇ ਇਹਦੇ ਉੱਤੇ ਆਪਾਂ ਟੇਸਟ ਵਧਾਉਣ ਲਈ ਪਾ ਦਾਂਗੇ ਥੋੜ੍ਹੀ ਜਿਹੀ ਕਾਲੀ ਮਿਰਚ। ਇਸ ਤਰ੍ਹਾਂ ਕਰਕੇ ਤੁਸੀਂ ਆਪਣਾ ਦਹੀਂ ਦੀ ਸਬਜ਼ੀ ਬਣਾ ਸਕਦੇ ਹੋ। ਮੈਂ ਥੋੜ੍ਹੀ ਜਿਹੀ ਬਣਾਈ, ਸਿਰਫ ਨਿਸ਼ਾਨ ਜੋਗੀ ਬਣਾਈ, ਅਸੀਂ ਆਪਣੇ ਲਈ ਘੀਆ ਬਣਾਈਏ। ਬਾਕੀ ਜੇ ਆਪਾਂ ਮੱਥਾ ਟੇਕ ਲਿਆ ਸੀਗਾ ਅਤੇ ਗੁਰੂ ਘਰ ਚੱਲਿਆ, ਹੁਣ ਸਾਡੇ ਮੱਸਿਆ ਦਾ ਮੱਥਾ ਟੇਕਦਾ ਹੁੰਦਾ ਅਤੇ ਘਰੇ ਟੇਕਦੇ ਹਾਂ ਜੀ। ਅੱਜ ਦੇ ਦਿਨ ਸਾਡੇ ਸਿਰ ਧੋਂਦੇ ਹੈ ਨਾ, ਕੱਪੜੇ ਧੋਂਦੇ ਹੈ ਨਾ ਹੀ ਅਸੀਂ ਮਧਾਣੀ ਲਾਉਂਦੇ ਹਾਂ। ਦੋ ਤਿੰਨ ਚੀਜ਼ਾਂ ਹੈਗੀਆਂ, ਕਈ ਮਤਲਬ ਕਈ ਕਰਦੇ ਹੈ ਇਹ ਚੀਜ਼ ਨੂੰ, ਜਿਹੜੇ ਜਿਹੜੇ ਭੈਣ ਭਰਾ ਕਰਦੇ ਆ ਉਹਨਾਂ ਨੂੰ ਪਤਾ ਕਿ ਸਾਡੇ ਵੱਡ ਵਡੇਰਿਆਂ ਦਾ ਘਰੇ ਹੀ ਮੱਥਾ ਟੇਕਦੇ ਹਾਂ, ਕਿਉਂਕਿ ਸਾਡੇ ਵੱਡ ਵਡੇਰੇ ਨਾ ਵੱਡ ਵਡੇਰੇ ਜਾ ਕੇ ਟੁੱਟੋ ਮਜਾ ਰਹੇ ਹਾਂ ਹੁਸ਼ਿਆਰਪੁਰ ਜੀ, ਹੁਸ਼ਿਆਰਪੁਰ ਜਾਂਦੇ ਹੁੰਦੇ ਅਸੀਂ। ਜਦੋਂ ਸਾਡੇ ਘਰ ਕੋਈ ਖੁਸ਼ੀ ਹੋਵੇ, ਬੱਚਾ ਹੋਵੇ, ਵਿਆਹ ਹੋਵੇ ਕਿਸੇ ਦਾ, ਸਾਡੇ ਉੱਥੇ ਹੀ ਝੰਡਾ ਚੜ੍ਹਦਾ, ਠੀਕ ਹੈ ਜੀ। ਬਾਕੀ ਬਣੇ ਰਹੋ, ਹੁਣ ਮਿਲਦੇ ਆ ਤੁਹਾਨੂੰ ਗੁਰੂ ਘਰ ਦੇ ਨਾਲ। ਬਸ ਫਟਾਫਟ ਆਪਾਂ ਸਬਜ਼ੀ ਬਣਾਤੀ, ਨਾਸ਼ਤਾ ਬਣਾ ਕੇ, ਕਿਉਂਕਿ ਸਰਦਾਰ ਜੀ ਨੇ ਬਣਾਉਣੀ ਹੁੰਦੀ ਹੈ ਰੋਟੀ। ਇਹ ਸ਼ੂਗਰ ਦੇ ਮਰੀਜ਼ ਇਹਨਾਂ ਨੂੰ ਦੋ ਫੁਲਕੇ ਜ਼ਰੂਰੀ ਹੁੰਦੇ, ਫਿਰ ਦਵਾਈ ਖਾਂਦੇ। ਤਦ ਤੱਕ ਤੁਸੀਂ ਬਣੇ ਰਹੋ ਜੀ। ਅਤੇ ਲਓ ਜੀ, ਜਿਵੇਂ ਕਿ ਆਪਾਂ ਤਿਆਰ ਹੋ ਗਏ ਅਤੇ ਆਪਾਂ ਚੱਲਿਆ ਹੁਣ ਗੁਰੂ ਘਰ ਨੂੰ। ਆਓ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਹਾਂ ਉੱਥੇ ਦੇ, ਠੀਕ ਹੈ ਜੀ। ਸਾਡੇ ਇੱਥੇ ਗੁਰੂ ਘਰ ਬਹੁਤ ਨਜ਼ਦੀਕ ਹੈ, 10-12 ਕਿਲੋਮੀਟਰ ਦੂਰ ਪੈ ਜਾਂਦਾ। ਅਤੇ ਚਿਵਰੇੜੀ ਸਾਹਿਬ ਇੱਥੇ ਦੀ ਬਹੁਤ ਮਾਨਤਾ ਹੈ, ਬਹੁਤ ਸਾਰੀਆਂ ਮੰਨਤਾਂ ਮਤਲਬ ਮਹਾਨ ਮਤਲਬ ਮੰਨਤ ਪੂਰੀਆਂ ਹੁੰਦੀਆਂ ਨੇ। ਜਿਵੇਂ ਕਿ ਕਿਸੇ ਨੂੰ ਕੋਈ ਖਾਰਿਸ਼ ਵਗੈਰਾ ਹੋਵੇ, ਕਿਸੇ ਕੋਲ ਬੱਚਾ ਨਾ ਹੁੰਦਾ ਹੋਵੇ, ਇੱਥੇ ਬਾਬਾ ਜੀ ਦੀ ਬਾਬਾ ਜੀ ਨੇ ਗੁਰੂ ਤੇਗ ਬਹਾਦਰ ਜੀ ਨਾ ਘੋੜੇ ਬੰਨਿਆ ਸੀ ਅਤੇ ਪਿੱਪਲ ਦੀ ਛਾਂ ਥੱਲੇ ਭਿਖਾਰੀ ਦਾਸ ਜੀ ਦਾ ਉੱਥੇ ਸਥਾਨ ਵੀ ਬਣਾਇਆ ਹੋਇਆ, ਭਿਖਾਰੀ ਦਾਸ ਜੀ ਕੋਲ ਆ ਕੇ ਰਹੇ ਸੀ। ਅਤੇ ਆਹ ਦੇਖੋ ਜੀ, ਆਪਾਂ ਪਹੁੰਚਣ ਵਾਲੇ ਹਾਂ ਹੁਣ ਗੁਰੂ ਘਰ, ਆ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਹਾਂ। ਬਾਕੀ ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ। ਹਾਂ, ਪਹਿਲਾਂ ਪੰਗਤ ਸੰਗਤ ਸਾਡੇ ਨੇੜੇ ਪੈਂਦੇ ਚਿਵਰੇੜੀ ਸਾਹਿਬ ਗੁਰਦੁਆਰਾ, ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ, ਇਹਨਾਂ ਦੀ ਬਹੁਤ ਮਹਾਨਤਾ ਹੈ। ਤੇ ਆਹ ਦੇਖੋ ਜੀ, ਬਹੁਤ ਸੰਗਤ ਆਉਂਦੀ ਇੱਥੇ, ਤੇ ਆਪਾਂ ਸਾਰੀ ਸੋਡੀ ਫੈਮਿਲੀ ਅੱਜ ਆਏ ਹਾਂ।
ਹੁਣ ਤੇ ਖੈਰ ਪਹਿਲਾਂ ਕਿੰਨੀ ਧੁੱਪ ਹੁੰਦੀ ਸੀ। ਲਓ ਗਾਈਸ ਆ ਦੇਖੋ ਲੱਗੀਆਂ ਹੋਈਆਂ ਨੇ ਦੁਕਾਨਾਂ ਆਪਣੀਆਂ ਇੱਥੇ ਤੇ ਸੰਗਤ ਆ ਜਾ ਰਹੀ ਹੈ। ਅਸੀਂ ਹੋ ਗਿਆ ਜੀ ਲੇਟ, ਸਾਨੂੰ ਵੱਜ ਗਏ ਨੇ 11। ਦੇਖੋ ਗਾਈਜ਼ ਇੱਥੇ ਲੱਗੇ ਹੋਈਆਂ ਰੌਣਕਾਂ, ਆਹ ਦੇਖੋ ਕਿੰਨੇ ਸੋਹਣੇ ਫਲਾਵਰ ਪੋਟ ਵਗੈਰਾ ਰੱਖੇ ਹੋਏ ਨੇ। ਬਹੁਤ ਸਮਾਨ ਵਿਕਦਾ ਇੱਥੇ, ਮਤਲਬ ਬਹੁਤ ਕਾਫੀ ਪਿੰਡਾਂ ਦੇ ਲੋਕ ਇੱਥੇ ਆਉਂਦੇ ਸਾਡੇ ਨੇੜੇ, ਬਸ ਵੱਡਾ ਗੁਰਦੁਆਰਾ ਸਾਹਿਬ ਇਹੀ ਹੈ, ਹਰ ਮੱਸਿਆ ਇੱਥੇ ਭਰੀ ਜਾਂਦੀ ਹੈ। ਅਤੇ ਆਹ ਦੇਖੋ ਜੀ ਇੱਥੇ ਦਾਲ ਫੁੱਲੀਆਂ, ਆਪਾਂ ਬਚਪਨ 'ਚ ਬਹੁਤ ਖਾਂਦੇ ਹੁੰਦੇ ਸੀ ਨਾ ਉਬਲੀਆਂ ਦਾਲ ਫੁੱਲੀਆਂ, ਮਰੂੰਡਾ ਸਾਰਾ ਕੁਛ ਇੱਥੇ, ਮੱਕੀ ਦੇ ਦਾਣੇ ਪੁੱਜੇ ਹੋਏ। ਅਤੇ ਹੈ ਗੁਰੂ ਘਰ ਗੁਰਦੁਆਰਾ ਥੜਾ ਸਾਹਿਬ, ਚਿਵਰੇੜੀ ਸਾਹਿਬ ਗੁਰਦੁਆਰਾ। ਨੀਚੇ ਰੱਖ ਦਿਓ ਨਮਕ ਝਾੜੂ, ਅਤੇ ਲੋਕ ਆਈ ਜੀ ਇੱਥੇ ਛੱਡਦੇ ਆ ਨਮਕ ਝਾੜੂ ਜੀ ਦੇ। ਕਈ ਵਾਰੀ ਕੋਈ ਪ੍ਰੋਬਲਮ ਹੁੰਦੀ ਹੈ ਨਾ, ਜਿਵੇਂ ਮਸੇ ਵਗੈਰਾ ਹੁੰਦੇ ਆ ਜਾਂ ਪੈਰਾਂ 'ਚ ਅੰਟਣ ਵਗੈਰਾ ਹੁੰਦੇ ਆ, ਖਾਰਿਸ਼ ਵਗੈਰਾ ਫਿੰਸੀਆਂ ਕੁਛ ਵੀ ਹੋਣ, ਅਤੇ ਇੱਥੇ ਇਹ ਵਾਲੇ ਮਤਲਬ ਤਕਲੀਫ ਦੂਰ ਹੁੰਦੀ। ਇਹ ਦਰਖਤ ਬਣਿਆ ਹੋਇਆ ਅਤੇ ਟੀਨਾ ਦੇ ਨਾਲ ਦੇਖੋ ਕਵਰ ਕੀਤਾ ਹੋਇਆ,
ਬਹੁਤ ਪੁਰਾਣਾ ਦਰਖਤ ਹੈ, ਇੱਥੇ ਬਾਬਾ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਗੁਰੂ ਤੇਗ ਬਹਾਦਰ ਜੀ ਨੇ। ਅਤੇ ਆਹ ਦੇਖੋ ਜੀ, ਅਤੇ ਇੱਥੇ ਬਹੁਤ ਸਾਰੀ ਸੰਗਤ ਆਉਂਦੀ ਗਾਈਸ। ਇਹ ਯਾਦਗਾਰ ਜਗ੍ਹਾ ਜਿਹੜੀ ਬਣਾਈ ਹੈ ਨਾ ਭਾਈ ਭਿਖਾਰੀ ਦਾਸ ਜੀ ਦੇ, ਮਤਲਬ ਸਥਾਨ ਬਣਿਆ ਹੋਇਆ ਇੱਥੇ। ਆਹ ਦੇਖੋ ਜੀ, ਇੱਧਰ ਹੈ ਗੁਰੂ ਗ੍ਰੰਥ ਸਾਹਿਬ ਜੀ ਅੰਦਰ। ਬੋਲੀ ਸਾਹਿਬ ਬਣਾਇਆ ਹੈ ਨੀਚੇ, ਹਾਲੇ ਤਿਆਰ ਹੋ ਰਿਹਾ, ਅਤੇ 84 ਕੱਟੀ ਜਾਂਦੀ ਹੈ, 84 ਪੌੜੀਆਂ ਬਣਾਈ ਹੋਈ। ਹਾਂ ਦੁੱਧ ਦਿਓ ਉੱਧਰ, ਉੱਥੇ ਆ ਜਾਓ ਲੰਗਰ ਹਾਲ 'ਚ, ਚੱਲ ਆਹੋ ਇੱਥੇ ਖੜੇ ਆਪਾਂ, ਇੱਥੇ ਹੀ ਖੜੇ। ਚਲੋ ਗਾਈਸ, ਇੱਥੇ ਲੱਗ ਗਈ ਲੰਗਰ ਦੀ ਸੇਵਾ। ਆਹ ਦੇਖੋ ਬੀਬੀਆਂ ਇੱਥੇ ਭਾਂਡਿਆਂ ਦੀਆਂ ਸੇਵਾ ਲਾਈ ਹੋਈ ਹੈ ਸਾਰਿਆਂ ਨੇ।